ਯੈਲੋ ਦੀ ਤਾਂ ਸੋਹਣੀ ਲੱਗਦੀ ਲੱਗਦੀ ਸੀ, ਇਹਦੇ 'ਚ ਵੀ ਦੇਖੋ ਕਿੰਨੇ ਖੂਬਸੂਰਤ ਰੰਗ ਨੇ, ਦੇਖੋ ਜ਼ਰਾ ਬੜੇ ਸੋਹਣੇ ਲੱਗਦੇ ਆ ਮੈਨੂੰ। ਅਤੇ ਸਾਡੇ ਵਿਚਾਰੇ ਦੋ ਤੋਤੇ ਜਾਂਦੇ ਰਹੇ, ਦੋਨੋਂ ਤੋਤੇ ਬੋਲਣ ਵਾਲੇ ਸੀ ਵਿਚਾਰੇ। ਅਸਲਾਮ ਅਲੈਕਮ, ਕੀ ਹਾਲ ਚਾਲ ਇਹ ਆ? ਸਭ ਠੀਕ ਠਾਕ ਹੋ? ਅਸੀਂ ਵੀ ਸਭ ਠੀਕ ਠਾਕ ਹਾਂ। ਅਤੇ ਦੇਖੋ ਜੀ, ਇਹ ਸਾਡੇ ਨਵੇਂ ਨੇ, ਦੇਖੋ ਕਿੱਡਾ ਮਾਸ਼ਾਅੱਲਾ ਬੱਚਾ ਹੋ ਗਿਆ ਆ। ਹਾਂ ਬੇਟਾ, ਮੰਨ ਲੈ ਤਾਂ ਉਹਨਾਂ ਨੇ ਅੰਡੇ ਦਿੱਤੇ ਹੋਏ ਨੇ। ਅਤੇ ਇਹ ਦੇਖੋ, ਇਹ ਬੱਚਾ ਬੈਠਾ ਹੋਇਆ ਕਿੱਡਾ ਵੱਡਾ ਹੋ ਗਿਆ ਆ ਮਾਸ਼ਾਅੱਲਾ। ਅਤੇ ਇਹ ਦੇਖੋ ਜਿਹੜੇ ਇਹਦੇ ਲੈ ਕੇ ਆਏ ਸੀ, ਇਹਦੇ ਵਿੱਚ ਉਹਨਾਂ ਇੱਕ ਫੋਟੋ ਹੋ ਗਿਆ ਵਿਚਾਰਾ, ਸਮਝ ਨਹੀਂ ਲੱਗੀ ਵੀ ਕਿਸ ਤਰ੍ਹਾਂ ਹੋਇਆ, ਪਰ ਹੈ ਜੋੜੀ ਸੀ ਪੂਰੀ ਪੂਰੀ। ਦੇਖੋ ਕਿੱਡੀ ਸੋਹਣੀ ਲੱਗਦੀ ਹੈ। ਬਿਮਾਰ ਹੋ ਗਏ ਸੀ, ਬਾਹਰ ਚੜ ਗਿਆ ਸੀ ਤੋਤਿਆਂ ਨੂੰ, ਅਤੇ ਉਹਦੀ ਵਜ੍ਹਾ ਨਾਲ ਨਾ ਫਿਰ ਵਿਚਾਰੇ ਜਿਹੜੇ ਨੇ ਨਾ ਹਾਂਜੀ ਥੱਲੇ, ਹੁਣ ਇੱਕੋ ਹੀ ਹੈ ਬਸ। ਬੜਾ ਦੁੱਖ ਲੱਗਿਆ ਸੀ, ਬੋਲਣ ਵਾਲੇ ਸੀ ਮਾਸ਼ਾਅੱਲਾ, ਬੋਲਦੇ ਵੀ ਬੜਾ ਸੀਗਾ, ਅਤੇ ਅਸੀਂ ਕਹਿੰਦੇ ਸੀ ਲਓ ਜੀ ਬੋਲਣ ਲੱਗ ਗਏ ਨੇ, ਅਤੇ ਵਿਚਾਰਿਆਂ ਨੂੰ ਬੁਖਾਰ ਹੋਇਆ ਅੱਗੇ ਪਿੱਛੇ, ਇੱਕ ਸੁਬਾਹ ਨੂੰ ਫੋਤ ਹੋ ਗਿਆ ਅਤੇ ਇੱਕ ਰਾਤ ਨੂੰ, ਬੜੀ ਤਕਲੀਫ ਹੋਈ ਸੀ। ਅਤੇ ਅਸੀਂ ਬਣਾ ਰਹੇ ਸੀ ਨਾਲੋਂ ਨਾਲ ਖਾਂਦੇ, ਦੇਖੋ ਬਣਾਈ ਹੋ ਗਈ ਸਾਡੀ।
ਕੱਪੜੇ ਧੋਏ ਸੀਗੇ ਸਾਰੇ ਅਤੇ ਹਾਂ ਉਹਨਾਂ ਦਾਣਾ ਲਿਆਂਦਾ ਹੋਇਆ ਤੋਤਿਆਂ ਨੂੰ। ਅੱਗੇ ਉਹ ਤੋਤੇ ਹੁੰਦੇ ਸੀ ਅਤੇ ਇੰਝ ਬੋਲਦੇ ਸੀ ਅਤੇ ਹੁਣ ਹੈ ਬੋਲਦੇ ਨਹੀਂ ਹੈ। ਉਹ ਦੇਖੋ ਕਿੱਡਾ ਸੋਹਣਾ ਲੱਗ ਰਿਹਾ ਨਾ। ਚੱਲੇ ਨੇ ਬੱਚੇ ਸਪਾਰਾ ਪੜ੍ਹਾਉਣ। ਹਾਂਜੀ ਪਕਾ ਲਈ, ਹੁਣ ਬਣਾਉਂਦੇ ਅਸੀਂ ਰੋਟੀ।
ਮਸਾਲਾ ਪਾ ਲਈ। ਟਿਊਸ਼ਨ ਬਸ ਸਾਰਾ ਖਾਈ ਤਾਂ ਸਾਰਾ ਬਾਰਿਸ਼ ਨਾਲ ਕੰਮ ਦੇਖੋ ਸਾਰਾ ਖਰਾਬ ਕਰ ਲਿਆ। ਛੁੱਟੀਆਂ ਦਾ ਕੰਮ ਸੀ, ਰਜਿਸਟਰ ਫੁੱਲ ਗਿੱਲਾ ਮਗਿੱਲਾ ਹੋਇਆ, ਕੰਮ ਕਿੱਥੇ ਕੀਤਾ ਪਤਾ ਹੀ ਨਹੀਂ ਲੱਗ ਰਿਹਾ, ਸਾਰਾ ਕੁਛ ਹੀ ਮਿਟ ਗਿਆ ਹੋਇਆ। ਸਾਰਾ ਕੁਛ ਖੋਲਿਆ, ਹਵਾ ਫਿਰੇਗੀ ਤਾਂ ਫਿਰ ਹੁਣ ਟੀਚਰ ਨੇ ਦੁਬਾਰਾ ਕੰਮ ਖਰਾਬ ਹੈ। ਸਾਰਾ ਬਸਤਾ ਵੀ ਗਿੱਲਾ ਹੋ ਗਿਆ ਅਤੇ ਕੰਮ ਵੀ ਖਰਾਬ ਹੋ ਗਿਆ। ਹੁਣ ਟੀਚਰ ਦੇਖੋ ਦੁਬਾਰਾ ਕਰਾਉਂਦੀ ਹੈ ਜਾਂ ਵੈਸੇ ਇੱਕ ਨਜ਼ਰ 'ਤੇ ਦੇਖੋ ਨਾ ਕੁਛ ਵੀ ਨਹੀਂ ਆ ਰਿਹਾ, ਸਾਰੇ ਲਫਜ਼ ਮਿਟ ਗਏ ਨੇ। ਇੰਝ ਲੱਗਦਾ ਨਵਾਂ ਰਜਿਸਟਰ ਲਿਆ। ਹੈਲੋ, ਸਾਰਾ ਕੁਛ ਮਿਟ ਗਿਆ। ਚਲੋ ਜੀ, ਹੁਣ ਅਸੀਂ ਖਾਂਦੇ ਹਾਂ ਰੋਟੀ। ਮੈਨੂੰ ਤਾਂ ਨਾ ਰੋਟੀ ਦੇ ਉੱਤੇ ਸਾਲਾਂ ਰੱਖ ਕੇ ਖਾਣ ਦਾ ਮਜ਼ਾ ਆਉਂਦਾ, ਅਤੇ ਲਿਸ਼ਬਾ ਨੂੰ ਕਿਹਾ ਮੈਂ ਕਿਹਾ ਰੋਟੀ ਦੇ ਉੱਤੇ ਸਾਲਾਂ। ਦੇਖੋ ਜੀ, ਰੋਟੀ ਦੇ ਉੱਤੇ ਸਾਲਾਂ ਰੱਖਿਆ। ਆਹ ਬਹਾਨੀਆਂ ਮੇਰੇ ਸਾਥ ਖਾਏਗੀ ਜਾਂ ਆਪੀ ਕੇ ਸਾਥ? ਆਪੀ ਕੇ ਸਾਥ, ਚਲੋ ਉੱਧਰ ਬੈਠ ਕੇ ਵੀ ਖਾ ਲਓ, ਮੇਰੇ ਸਾਥ ਖਾਣੀ। ਚਲਾਓ ਖਿਲਾਓ, ਮੈਂ ਖਿਲਾਤੀ ਹਾਂ। ਫਿਰ ਆਪਣੇ ਕਹਿਣਾ ਮੰਮਾ ਗਰਮ ਹੈ ਸਾਲਨ ਵੀ ਰੋਟੀ ਵੀ। ਹਰੀਆਂ ਮਿਰਚਾਂ ਮੈਂ ਬਾਅਦ 'ਚ ਪਾਈਆਂ ਸੀ, ਖੜੀਆਂ ਖੜੀਆਂ ਨਾ ਮਜ਼ੇ ਦੀਆਂ ਲੱਗਦੀਆਂ। ਇਹ ਕਿਆ ਖਾ ਰਹੇ ਹੋ, ਪਿਆਜ਼ ਕਿਉਂ ਨਹੀਂ ਖਾ ਰਹੇ ਹੋ? ਇਸ ਵਿੱਚ ਤਾਂ ਸਾਰੇ ਹੈ ਹੀ ਪਿਆਜ਼। ਪਿਆਜ਼ ਨਹੀਂ ਖਾਂਦੇ।